मम्मी और डैडी कपड़े नवे संभालो, कपड़े नवे संभालो हुण। बधाइया जी बधाइया। डैडी थोड़ा मुंडा घोड़ी चढ़ लग्या। घोड़ी मन गई है। ओ डैडी मजाक ना करो, मैं मेरा रिश्ता पक्का करके आया। हुण ला लियो जिहड़े चौल आउणे ने। चाह तां बाद च लाऊंगा, पहला मैं जुत्ती लावां। ओ तू प्यो तो बिना रिश्ता किवें पक्का कराया? ओ जे प्यो नाल जांदा रिश्ते दा पता नहीं, पर बेइज्जती पक्का होनी सी। मैनूं तां हुण भी डर है किते तुहानूं दोहां नूं मिलके कुड़ी वाले मुकरी ना जाण। मैं सच्ची पुत मन गया कुड़ी वाले। नहीं मैं मर जा, ले मेरे सामने आ मेरा पुत। है ले तैनूं गौर नाल देखा पहला मैं। मम्मी की देखी जानी है? मैं पुत मैं तां इहे देखदी आं भी कुड़ी वाले ने तेरे चाहे जा की देखिया जिहड़ा 35 साल च सानूं नहीं दिखिया। मेरा तां जी करदा तुहानूं दोनों नूं छड्ड के ना बाकी सारे पिंड नूं बरात लै जां। ओ मैनूं तां ऐ सी तुहानूं मेरे ते माण होऊ, माण सवाह थोन तो मेरे ते यकीन भी नहीं। ਇਹ ਜੀ ਕੁੜੀ ਪੂਰੇ ਹਿੰਦੁਸਤਾਨ ਚ ਲੱਭਣੀ, ਦਾਵਾ ਮੇਰਾ ਇਹ। ਪੱਕਾ ਕੁੜੀ ਨੇਪਾਲਣ ਹੋਣੀ ਹੈ। ਉਹ ਕੁੜੀ ਦਾ ਖਾਨਦਾਨ ਕਿਹਾ ਜਾ, ਇਹ ਪੁੱਛਦਾ ਮੈਂ। ਆਪਣੇ ਖਾਨਦਾਨ ਨਾਲੋਂ ਬਹੁਤ ਚੰਗਾ ਹੀ ਹੋਊ। ਕੱਲ ਨੂੰ 12 ਵਜੇ ਜਾ ਕੇ ਨਾਲੇ ਤਾਂ ਖਾਨਦਾਨ ਦੇਖ ਲਿਓ, ਨਾਲੇ ਵਿਆਹ ਦੀ ਤਰੀਕ ਕਿਹੜਾ ਆਏ ਹੋ। ਪਹਿਲਾਂ ਤਾਂ ਮੈਂ ਇਸ਼ਤਿਹਾਰ ਕਢਾਵਾਂਗਾ ਅਖਬਾਰ ਚ, ਤੈਨੂੰ ਬੇਦਖਲ ਕਰਨ ਦਾ। ਤੇਰੇ ਚ ਉਹਨਾਂ ਨੂੰ ਕੀ ਪਸੰਦ ਆ ਗਿਆ? ਓਏ ਪੱਕਾ ਉਹਨਾਂ ਦੀ ਅੱਖ ਸਾਡੀ ਜ਼ਮੀਨ ਤੇ ਹੋਣੀ ਹੈ। ਸਾਡੀ ਜ਼ਮੀਨ ਤੇ ਤਾਂ ਫਸਲ ਚੱਜ ਨਾਲ ਨਹੀਂ ਹੁੰਦੀ, ਅੱਖ ਕਿਸੇ ਦੀ ਸਵਾਹ ਹੋਣੀ ਹੈ। ਕਣਕ ਵੀ ਉਗਲ ਲੱਗੇ ਸੋਚਦੀ ਹੈ, ਕਹਿੰਦੀ ਬਲਵੰਤ ਸਿੰਘ ਦੇ ਹੁਣੇ ਛੱਡੋ ਭਰਾ ਗਵਾਂਢੀਆਂ ਦੀ ਹੋ ਜਾਂਦੀ ਆ। ਫਿਰ ਤੂੰ ਕਿ ਸਾਡੇ ਹੋ ਗਿਆ, ਤੂੰ ਵੀ ਗਵਾਂਢੀਆਂ ਦੇ ਹੋ ਜਾਂਦਾ। ਮਾੜੇ ਕਰਮ ਮੇਰੇ, ਵੈਸੇ ਬਾਲਾ ਫਰਕ ਨਹੀਂ ਸੀ ਵਿਚਾਲੇ, ਕੰਧ ਹੀ ਫਰਕ ਹੈ। ਉਹ ਸ਼ੁਕਰ ਹੁੰਦਾ ਰੱਬ ਦਾ ਜੇ ਮੈਂ ਗਵਾਂਢੀਆਂ ਦੇ ਪੈਦਾ ਹੁੰਦਾ। ਘੱਟੋ ਘੱਟ ਹੁਣ ਨੂੰ ਵਿਆਹ ਤਾਂ ਹੁੰਦਾ ਬਲਵੰਤ ਸਿੰਘ। ਸੌਰੀ ਓਹੋ, ਵੇ ਤੁਸੀਂ ਕਾਹਤੋਂ ਵੈਸੀ ਜਾਂਦੇ ਹੋ? ਜੇ ਕੁੜੀ ਚੌਂਕਾ ਚੁੱਲਾ ਸਾਂਭਣ ਵਾਲੀ ਆ ਤਾਂ ਕਰ ਦਿੰਦੇ ਆ ਵਿਆਹ। ਰਾਣੀ ਜੀ, ਜੇ ਚੁੱਲਾ ਚੌਂਕਾ ਸਾਂਭਦੇ ਸਾਂਭਦੇ ਉਹਨੇ ਘਰ ਵੀ ਸਾਂਭ ਲਿਆ, ਫਿਰ ਸਾਨੂੰ ਕੌਣ ਸਾਂਭੂ? ਉਹ ਡੈਡੀ ਗਗਨ ਇਦਾਂ ਦੀ ਕੁੜੀ ਨਹੀਂ ਹੈਗੀ, ਬਹੁਤ ਜ਼ਿੰਮੇਵਾਰ ਕੁੜੀ ਹੈ ਔਰ ਵੱਡਿਆਂ ਦਾ ਸਤਿਕਾਰ ਕਰਨ ਵਾਲੀ ਹੈ। ਚੱਲ ਬਸ ਹੋ ਗਈ ਗੱਲ, ਕੱਲ ਨੂੰ ਕੁੜੀ ਵਾਲਿਆਂ ਦੇ ਘਰੇ ਜਾਂਦੇ ਆ, ਚੰਗਾ ਜਿਹਾ ਦਿਨ ਦੇਖ ਕੇ ਆਪਾਂ ਵਿਆਹ ਰੱਖ ਲੈਂਦੇ ਆ। ਹਾਂ, ਵਿਆਹ ਦਾ ਦਿਨ ਵੀ ਕਦੇ ਚੰਗਾ ਹੋਇਆ? ਵਿਆਹ ਤਾਂ ਮਾੜੇ ਟਾਈਮ ਦੀ ਪਹਿਲੀ ਪੌੜੀ ਹੁੰਦੀ ਹੈ। ਜਵਾ ਸਹੀ ਕਹਿੰਦਾ ਤੂੰ, ਬੇ ਮੇਰੇ ਤਾਂ ਮਾੜੇ ਦਿਨ ਉਦਾਂ ਹੀ ਸ਼ੁਰੂ ਹੋ ਗਏ ਸੀ ਜਿੱਦੇ ਤੇਰੇ ਵਰਗੇ ਬਿਨਾਂ ਸੈੱਲ ਵਾਲੇ 35 ਨਾਲ ਵਿਆਹ ਹੀ ਗਈ ਸੀ। ਡੈਡੀ ਵੈਸੇ ਟਾਈਮ ਕਿੰਨਾ ਹੋ ਗਿਆ? ਤੇਰਾ ਚਪੇੜਾ ਖਾਣ ਦਾ ਟਾਈਮ ਹੋ ਗਿਆ।